ਮੱਖਣ ਸਿੰਘ ਸਰਾ ਇੱਕ ਅਜਿਹਾ ਨਾਮ ਜੋ ਕਿਸੇ ਸਮੇਂ ਸਮਾਜ ਸੇਵੀਆਂ ਦੇ ਤੌਰ ਤੇ ਅੰਬਰ ਦਾ ਤਰ ਉਤਾਰਾ ਜਪਦਸ ਐਮਏ ਹਿਸਟਰੀ ਐਮਏ ਫਾਈਨ ਆਰਟਸ ਕਰ ਚੁੱਕੇ ਮੱਖਣ ਸਿੰਘ ਨੇ ਸਮਾਜ ਸੇਵਾ ਦੇ ਖੇਤਰ ਚ ਅਜਿਹੇ ਝੰਡੇ ਗੱਡੇ ਕਿ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਵਿੰਦਰ ਸਿੰਘ ਕੋਲੋ ਸਟੇਟ ਅਵਾਰਡ ਅਤੇ ਭਾਰਤ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਸ਼੍ਰੀ ਲਾਲ ਕ੍ਰਿਸ਼ਨ ਅੜਵਾਨੀ ਜੀ ਕੋਲੋਂ ਰਾਸ਼ਟਰੀ ਪੁਰਸਕਾਰ ਵੀ ਮਿਲ ਚੁਕਿਆ ਹੈ ਅਤੇ ਇਸੇ ਸਿਲਸਿਲੇ ਦੌਰਾਨ ਅੱਜ ਸਾਡੇ ਚੈਨਲ ḍ news ਦੀ ਟੀਮ ਪਹੁੰਚੀ ਹੈ ਬਠਿੰਡਾ ਜ਼ਿਲ੍ਹਾ ਦੇ ਪਿੰਡ ਭਲਾਟੇ ਵਾਲਾ ਵਿਖੇ ਮੱਖਣ ਸਿੰਘ ਦੇ ਘਰ ਗੱਲਬਾਤਾਂ ਦੌਰਾਨ ਤੁਤ ਮੱਖਣ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਜਾਂ ਲੋਕਲ ਪ੍ਰਸ਼ਾਸਨ ਨੇ ਵੀ ਕਦੇ ਉਹਨਾਂ ਦੀ ਸਾਰ ਨਹੀਂ ਲਈ ਜਦਕ ਹੋਰ ਸਟੇਟ ਜਾਂ ਰਾਸ਼ਟਰੀ ਅਵਾਰਡ ਹਾਸਲ ਲੋਕ ਸਰਕਾਰ ਵਿੱਚ ਚੰਗੇ ਉਦਦ ਦੇ ਬਰਾਜਮਨ ਹਨ ਅਸੀਂ ਡੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੈਂ ਸਰਿੰਦਰਪਾਲ ਸਿੰਘ ਤੇ ਮੇਰੇ ਨਾਲ ਦਲਬਾਗ ਝਖਮੀ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਲਾਡੇ ਵਾਲਾ ਜੋ ਜ਼ਿਲ੍ਹਾ ਬਠਿੰਡਾ ਦੇ ਨਾਲ ਲੱਗਦਾ ਪਿੰਡ ਹੈ ਇਸ ਪਿੰਡ ਵਿੱਚ ਮੱਖਣ ਸਿੰਘ ਸਰਾਂ ਜੀ ਰਹਿੰਦੇ ਨੇ ਜੋ 1998 1999 ਦੇ ਨੈਸ਼ਨਲ ਵਾਰਡੀ ਨੇ ਅੱਜ ਉਹਨਾਂ ਤੋਂ ਉਹਨਾਂ ਦੇ ਜੀਵਨ ਬਾਰੇ ਵੀ ਜਾਣਾਂਗੇ ਤੇ ਇਸ ਪ੍ਰਾਪਤੀ ਬਾਰੇ ਤੇ ਪ੍ਰਾਪਤੀ ਤੋਂ ਬਾਅਦ ਕੀ ਈ ਮੈਨੋ ਉਹਨਾਂ ਦਾ ਹਾਲ ਆ ਉਹ ਵੀ ਜਾਣਾਂਗੇ ਸੋ ਅਸੀਂ ਮੱਖਣ ਸਿੰਘ ਸਰਾਹ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਅਮਰ ਪਹੁੰਚੇ ਇੱਥੇ ਪਿੰਡ ਸਾਡੇ ਹਾਂਜੀ ਸ਼ੁਕਰੀਆ ਮਿਹਰਬਾਨੀ ਤੇ ਸਰਾਹ ਸਾਹਿਬ ਪਹਿਲਾਂ ਇਹ ਦੱਸੋ ਵੀ ਤੁਹਾਡਾ ਪਰਿਵਾਰਕ ਪੁਜ ਹੋਕੜ ਕੀ ਹੈ ਤੇ ਤੁਸੀਂ ਕਿੰਨਾ ਪੜੇ ਲਿਖੇ ਹੋ ਪਰਿਵਾਰ ਦੇ ਵਿੱਚ ਜੀ ਮੇਰੇ ਦੋ ਬੇਟੇ ਆ ਜੀ ਤੇ ਇੱਕ ਮੈਡਮ ਸਰਬਜੀਤ ਕੌਰ ਵੱਡਾ ਬੇਟਾ ਨਵਖੋਜੀਤ ਸਿੰਘ ਸਰਾਹ ਛੋਟਾ ਚਰਨਜੀਤ ਸਿੰਘ ਠੀਕ ਹੈ ਜੀ ਉਹ ਗ੍ਰੈਜੂਏਸ਼ਨ ਕਰਕੇ ਮਤਲਬ ਕਿ ਵੱਡੇ ਵਾਲਾ ਜਿਹੜਾ ਪਿਛਲੇ 3 ਸਾਲ ਤੋਂ ਸਾਈਪ੍ਰਸ ਦੇ ਵਿੱਚ ਮਤਲਬ ਕਿ ਰਹਿ ਰਿਹਾ ਹੈ ਜੀ ਉਹ ਛੋਟਾ ਬੇਟਾ ਮਤਲਬ ਕਿ ਫਿਲਹਾਲ ਘਰ ਦੇ ਵਿੱਚ ਹੀ ਹੈ ਤੇ ਮੇਰੀ ਮਤਲਬ ਜਿਹੜੀ ਬੇਸਿਕ ਕੁਆਲਿਫਿਕੇਸ਼ਨ ਹੈ ਉਹ ਐਮਏ ਹਿਸਟਰੀ ਤੇ ਡਿਪਲੋਮਾ ਆਫ ਫਾਈਨ ਆਰਟਸ ਤੇ 2 ਸਾਲ ਦੀ ਮਤਲਬ ਕਿ ਆਈਟੀਆਈ ਕੋਰਸ ਫਿਟਰ ਮਕੈਨਿਕਲ ਦਾ ਮਤਲਬ ਕੀਤਾ ਹੋਇਆ ਮਤਲਬ ਹਾਂਜੀ ਜੋ ਸਾਨੂੰ ਜਾਣਕਾਰੀ ਮਿਲੀ ਹੈ ਵੀ ਤੁਹਾਨੂੰ ਸਟੇਟ ਔਰਡ ਮਿਲਿਆ ਹੈ ਨੈਸ਼ਨਲ ਔਰਡ ਮਿਲਿਆ ਹੈ ਤਾਂ ਇਧਰ ਮੰਨ ਲਓ ਇਹ ਅਵਾਰਡਾਂ ਵੱਲ ਨੂੰ ਜਾਣ ਦੀ ਤੁਹਾਡੀ ਰੁਚੀ ਕਿਵੇਂ ਪੈਦਾ ਹੋਈ ਜੀ ਦੇਖੋ ਹਰ ਇੱਕ ਇਨਸਾਨ ਦੇ ਮਨ ਦੇ ਵਿੱਚ ਕੋਈ ਨਾ ਕੋਈ ਨਵਾਂ ਕਰਨ ਦੀ ਮਤਲਬੇ ਖਾਸ਼ ਹੁੰਦੀ ਹੈ ਕੋਈ ਮਤਲਬੇ ਨਵਾਂ ਕੀਤਾ ਜਾਵੇ ਕੋਈ ਬਖਰਾ ਕੀਤਾ ਜਾਵੇ ਜੇ ਖੇਡਾਂ ਦੀ ਗੱਲ ਕਰੀ ਜੇ ਤਾਂ ਜੇ ਖੇਡਾਂ ਦੇ ਵਿੱਚ ਵੀ ਸਾਰੇ ਮਤਲਬੇ ਕਿ ਉਸ ਤਰ੍ਹਾਂ ਆ ਜਾਂਦੇ ਆ ਜਿਹੜੇ ਇਸ ਤਰ੍ਹਾਂ ਦੇ ਖੇਤਰ ਹੁੰਦੇ ਆ ਸਮਾਜ ਸੇਵੀ ਖੇਤਰ ਹੁੰਦੇ ਆ ਇਹਦੇ ਵਿੱਚ ਮਤਲਬੇ ਕਿ ਬਹੁਤ ਹੀ ਘੱਟ ਗਿਣੇ ਚੁਣੇ ਔਰ ਗਿਣਤੀ ਦੇ ਲੋਕ ਜਿਹੜੇ ਸਮਾਜ ਸੇਵਾ ਦੇ ਖੇਤਰ ਨੂੰ ਮਤਲਬੇ ਕਿ ਚੁੰਦੇ ਆ ਤੇ ਮੇਰੇ ਵੀ ਦਿਲ ਦੇ ਵਿੱਚ ਕੋਈ ਸੀ ਮਤਲਬ ਕਿ ਆਪਣੇ ਵਾਸਤੇ ਹਰ ਇੱਕ ਬੰਦਾ ਕਰਦਾ ਤੇ ਕਿਉਂ ਨਾ ਕੋਈ ਮਤਲਬ ਕਿ ਲੋਕਾਂ ਵਾਸਤੇ ਜਾਂ ਇਸ ਤਰ੍ਹਾਂ ਦਾ ਕੋਈ ਸਮਾਜ ਵਾਸਤੇ ਕੋਈ ਵਧੀਆ ਕੰਮ ਕੀਤਾ ਜਾਵੇ ਤਾਂ ਕਰਕੇ ਇਹ ਸਮਾਜ ਸੇਵੀ ਖੇਤਰ ਨੂੰ ਚੁਣ ਕੇ ਸਟੇਟ ਵਾਰਡ ਔਰ ਨੈਸ਼ਨਲ ਅਵਾਰਡ ਦੋਨੇ ਹੀ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਪ੍ਰਾਪਤ ਕੀਤੇ ਆ ਇਹ ਜੋ ਅਵਾਰਡ ਨੇ ਸਟੇਟ ਅਵਾਰਡ ਤੇ ਨੈਸ਼ਨਲ ਅਵਾਰਡ ਇਹ ਕਦੋਂ ਕਦੋਂ ਮਿਲੇ ਜੀ ਇਹ ਜਿਹੜਾ ਸਟੇਟ ਵਾਰਡ ਹੈ ਸ਼ਹੀਦ ਦੇ ਆਜਮਤ ਸਰਦਾਰ ਭਗਤ ਸਿੰਘ ਸਟੇਟ ਵਾਰਡ ਇਹ ਜੀ 1900 ਮਤਲਬ ਕਿ 95 96 ਦਾ ਤੇ ਮਿਲਿਆ ਮੈਨੂੰ ਜੀ ਇਹ 26 ਜਨਵਰੀ 2006 ਨੂੰ ਗੁਰਨਾਨਕ ਸਟੇਡੀਅਮ ਲੁਧਿਆਣਾ ਵੇਖੇ ਜੋ ਪੰਜਾਬ ਦੇ ਇਸ ਟਾਈਮ ਮੁੱਖ ਮੰਤਰੀ ਨੇ ਕੈਪਟਨ ਮਰਿੰਦਰ ਸਿੰਘ ਜੀ ਉਦੋਂ ਵੀ ਉਹ ਮੌਜੂਦਾ ਮਤਲਬ ਕਿ ਮੁੱਖ ਮੰਤਰੀ ਸੀ ਉਹਨਾਂ ਵੱਲੋਂ 26 ਜਨਵਰੀ 2006 ਨੂੰ ਗੁਰਨਾਨਕ ਸਟੇਡੀਅਮ ਲੁਧਿਆਣਾ ਵੇਖੇ ਮਤਲਬ ਮਿਲਿਆ ਸੀ ਜਿਹੜਾ ਕਿ 9 ਸਾਲਾਂ ਦੇ ਬਾਅਦ ਜਾ ਕੇ ਸਰਕਾਰ ਨੇ ਦਿੱਤਾ ਸਾਨੂੰ ਜੀ ਮਤਲਬ ਤੇ ਜਿਹੜਾ ਨੈਸ਼ਨਲ ਅਵਾਰਡ ਹੈ ਜੀ ਇਹ ਮੇਰਾ 1998-99 ਦਾ ਹੈ ਇਹ 12 ਜਨਵਰੀ 2000 ਨੂੰ ਅਹਮਦਾਬਾਦ ਗੁਜਰਾਤ ਵਿਖੇ ਜਿਹੜੇ ਕਿ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਐਲਕੇ ੜਵਾਨੀ ਵੱਲੋਂ ਦਿੱਤਾ ਗਿਆ ਸੀਗਾ ਜੀ ਮੱਖਣ ਸਿੰਘ ਜੀ ਜਿਵੇਂ ਤੁਹਾਨੂੰ ਸਟੇਟ ਅਵਾਰਡ ਮਿਲਿਆ ਨੈਸ਼ਨਲ ਅਵਾਰਡ ਮਿਲਿਆ ਤੇ ਤੁਹਾਨੂੰ ਉਸ ਤੋਂ ਬਾਅਦ ਕੀ ਮਹਿਸੂਸ ਹੋਇਆ ਤੇ ਤੁਸੀਂ ਕੀ ਆਪਦੇ ਫਿਊਚਰ ਨੂੰ ਕਿਵੇਂ ਦੇਖਦੇ ਸੀਗੇ ਇਹ ਜਦੋਂ 98 ਦੇ ਵਿੱਚ ਤੇ 9899 ਦਾ ਨੈਸ਼ਨਲ ਅਵਾਰਡ 12 ਜਨਵਰੀ 2000 ਨੂੰ ਅਹਮਦਾਬਾਦ ਵਿੱਚ ਮਿਲਿਆ ਸੀ ਜਦੋਂ ਮਤਲਬ ਕਿ ਕਾਲ ਆਈ ਉਹਨਾਂ ਦੀ ਟੈਲੀਗ੍ਰਾਮ ਮਿਲੀ ਉਹਨਾਂ ਟਾਈਮਾਂ ਦੇ ਵਿੱਚ ਟੈਲੀਗ੍ਰਾਮ ਕੇ ਸਿਸਟਮ ਚੱਲਦਾ ਸੀਗਾ ਜਦੋਂ ਉਹ ਮਿਲੀ ਸੀ ਉਦੋਂ ਜ਼ਿੰਦਗੀ ਦਾ ਮਤਲਬ ਕਿ ਜਿਹੜਾ ਉਹ ਪਾਲਾ ਜਿਹੜਾ ਉਹ ਸੁਨੇਹਾ ਸੀਗਾ ਜਦੋਂ ਦਿੱਲੀ ਕਾਲ ਕਰਕੇ ਮਤਲਬ ਕਿ ਪਤਾ ਕੀਤਾ ਉੱਥੋਂ ਤਾਂ ਉਹ ਜ਼ਿੰਦਗੀ ਦਾ ਮਤਲਬ ਕਿ ਅਜਿਹਾ ਵੱਡਾ ਮਤਲਬ ਕਿ ਝਟਕਾ ਕਹਿ ਲਓ ਜਾਂ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਜਿਵੇਂ ਵੀ ਪੈਰਾ ਥਲੇ ਪਚਾਲ ਆ ਗਿਆ ਹੋਵੇ ਧਰਤੀ ਸਾਰੀ ਹਲ ਰਹੀ ਹੋਵੇ ਤੇ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਅਚੀਵਮੈਂਟ ਮਤਲਬ ਮੈਂ ਪ੍ਰਾਪਤ ਕਰ ਲਈ ਐ ਤੇ ਨਾ ਤਾਂ ਉਹ ਰੋ ਕੇ ਬਿਆਨ ਕੀਤੀ ਜਾ ਸਕਦੀ ਜੀ ਨਾ ਉਹ ਹੱਸ ਕੇ ਬਿਆਨ ਕੀਤੀ ਜਾ ਸਕਦੀ ਸੀ ਤੇ 2 ਮਿੰਟ ਵਾਸਤੇ ਸਾਰਾ ਸਰੀਰ ਇੱਕ ਵਾਰੀ ਮਤਲਬ ਵੀ ਐ ਹੋ ਗਿਆ ਸੀ ਜਦੋਂ ਮਤਲਬ ਕਿ ਨੈਸ਼ਨਲ ਔਰਡ ਦਾ ਮਤਲਬ ਕਿ ਸਨੇਹਾ ਪਹੁੰਚਿਆ ਮੇਰੇ ਤਾਈ ਤਾਂ ਅੱਜ ਤੱਕ ਮਤਲਬ ਕਿ ਜ਼ਿੰਦਗੀ ਦੇ ਵਿੱਚ ਐਹ ਜੀ ਕੋਈ ਵੀ ਅਚੀਵਮੈਂਟ ਜਾਂ ਕਿਸੇ ਵੀ ਚੀਜ਼ ਨੇ ਪ੍ਰਭਾਵਿਤ ਨਹੀਂ ਕਰਿਆ ਕਿ ਜਿੰਨਾ ਕਿ ਨੈਸ਼ਨਲ ਔਰਡ ਮਿਲਣ ਵੇਲੇ ਜਾਂ ਨੈਸ਼ਨਲ ਔਰਡ ਸਨਮਾਨ ਲੈਣ ਵਾਲੇ ਹੋਇਆ ਸੀਗਾ ਤੇ ਅੱਜ ਤੱਕ ਕਿਸੇ ਤੋਂ ਅਵਾਰਡ ਤੋਂ ਬਾਅਦ ਕੀ ਰਿਹਾ ਤੁਹਾਡਾ ਸੁਪਨਾ ਵੀ ਮੈਂ ਅੱਗੇ ਕੀ ਕਰਨਾ ਉਦੋਂ ਇਹ ਲੱਗ ਰਿਹਾ ਸੀਗਾ ਵੀ ਹਿੰਦੁਸਤਾਨ ਦਾ ਜਿਹੜਾ ਜੁੱਥ ਦਾ ਸਭ ਤੋਂ ਵੱਡਾ ਅਵਾਰਡ ਹੈ ਨੈਸ਼ਨਲ ਅਵਾਰਡ ਪ੍ਰਾਪਤ ਕਰ ਲਿਆ ਤਾਂ ਹੁਣ ਕਿਸੇ ਵੀ ਖੇਤਰ ਦੇ ਵਿੱਚ ਕਹਿ ਲਓ ਜਾਓ ਉਥੇ ਮਤਲਬ ਕਿ ਸਰਕਾਰ ਵੱਲੋਂ ਜਰੂਰ ਮਤਲਬ ਕਿ ਇਹ ਹੈਲਪ ਕੀਤੀ ਜਾਊਗੀ ਜਾਂ ਕਿਸੇ ਵਧੀਆ ਜੌਬ ਦੇ ਵਿੱਚ ਜਾਂ ਕੋਈ ਚੰਗੇ ਮਾਨ ਸਨਮਾਨ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਸਰਕਾਰ ਵੀ ਨੂੰ ਤੇ ਪਰ ਅੱਜ 2000 ਤੋਂ ਲੈ ਕੇ 18 ਸਾਲ ਬੀਤਣ ਦੇ باوجود ਵੀ ਨਾ ਕਿਸੇ ਸਰਕਾਰ ਨੇ ਨਾ ਪ੍ਰਸ਼ਾਸਨ ਨੇ ਕਦੇ ਵੀ ਮਤਲੇ ਕੇ ਅਣਗੌਲਿਆ ਕਰਕੇ ਬਿਲਕੁਲ ਮਤਲੇ ਕੀ ਛੱਡਿਆ ਹੋਇਆ ਤਾਂ ਕੋਈ ਆਸਾਮੀ ਦਾ ਮਤਲ ਨਹੀਂ ਰਹੀਆਂ ਆ ਵਾਰਡ ਦੇ ਕੰਮ ਕਰਕੇ ਮੱਖਣ ਸਿੰਘ ਸਰਾਣ ਜੀ ਅਸੀਂ ਤੁਹਾਡੇ ਤੋਂ ਇਹ ਵੀ ਜਾਣਾਂਗੇ ਜੀ ਤੁਹਾਨੂੰ ਅਵਾਰਡ ਮਿਲੇ ਇਹਨਾਂ ਨੂੰ ਅਵਾਰਡਾਂ ਨੂੰ ਲੈ ਕੇ ਤੁਸੀਂ ਕਿਸੇ ਨੂੰ ਮਿਲੇ ਵੀ ਮੇਰੇ ਜਿਹੜਾ ਫਿਊਚਰ ਦਾ ਜੌਬ ਦਾ ਕੋਈ ਪ੍ਰਬੰਧ ਕੀਤਾ ਜਾ ਸਕੇ ਇਹ ਜਦੋਂ ਸਟੇਟ ਵਾਰਡ ਮਿਲੇ ਸਾਨੂੰ 2006 ਦੇ ਵਿੱਚ ਕਿਉਂਕਿ ਨੈਸ਼ਨਲ ਵਾਰਡ ਤਾਂ ਸਾਨੂੰ ਆਲਰੇਡੀ ਪਹਿਲਾਂ ਮਿਲ ਚੁੱਕਿਆ ਸੀਗਾ ਉਦੋਂ ਜਿਹੜੇ 23 ਸਟੇਟ ਵਾਰਡ ਹੀ ਸੀਗੇ ਅਸੀਂ ਤੇਈ ਮਤਲਬ ਕੈਪਟਨ ਮਰੀਂਦਰ ਸਿੰਘ ਜੀ ਨੂੰ ਲੁਧਿਆਣੇ ਵੇਖੇ ਮਤਲਬ ਵੀ ਗੱਲ ਕੀਤੀ ਸਾਰੇ ਨੇ ਅਸੀਂ ਆਜੇ ਵੱਡੇ ਅਫਸਰ ਦੇ ਕਰਨਲ ਦੇ ਥਰੂ ਮਿਲੇ ਸੀ ਜਿਹੜਾ ਸਾਡਾ ਡਾਇਰੈਕਟਰ ਸੀਗਾ ਪੰਜਾਬ ਦਾ ਡਾਇਰੈਕਟੋਰੇਟ ਆਫ ਜੂਸ ਸਰਵਿਸ ਪੰਜਾਬ ਦਾ ਡਾਇਰੈਕਟਰ ਸੀ ਉਹਦੇ ਨਾਲ ਗੱਲ ਕਰਕੇ ਉਹਨਾਂ ਨੇ ਕਿਤੇ ਵੀ ਸਾਨੂੰ ਜਿਹੜੇ ਨੈਸ਼ਨਲ ਗਾਰਡੀਆ ਘੱਟੋ-ਘੱਟ ਵੀ ਇਹਨਾਂ ਨੂੰ ਜਰੂਰ ਅਡਜਸਟ ਕੀਤਾ ਜਾਵੇ ਤੇ ਚਲੋ ਸਟੇਟ ਗਾਰਡੀਆ ਚਲੋ ਨਵੇਂ ਮੁੰਡੇ ਆ ਰਹੇ ਉਹਨਾਂ ਕੋਲੇ ਮੌਕੇ ਬਥੇਰੇ ਆ ਕਿਉਂਕਿ ਅਸੀਂ ਉਹਨਾਂ ਟਾਈਮਾਂ ਤੇ ਮਤਲਬ ਕੀ ਓਵਰੇਜ ਹੋ ਰਹੇ ਸੀਗੇ ਤਾਂ ਉਹ ਤੋਂ ਕਹਿੰਦੇ ਚਲੋ ਵੀ ਤੁਹਾਡੀ ਫਾਈਲ ਮਤਲਬ ਕਿ ਭੇਜ ਦਿਓ ਮਤਲਬ ਕਿ ਵਿਚਾਰਾ ਜਾਵੇਗਾ ਨਾ ਤਾਂ ਮਤਲਬ ਡਾਇਰੈਕਟਰ ਦੇ ਥਰੂ ਹੋਇਆ ਨਾ ਅਸਿਸਟੈਂਟ ਡਾਇਰੈਕਟਰ ਦੇ ਥਰੂ ਹੋਇਆ ਜਿਹੜਾ ਕੇਸ ਸੀਗਾ ਉਥੇ ਦਾ ਉਥੇ ਉਸੇ ਤਰੀਕਾ ਰਹਿ ਗਿਆ ਤੁਹਾਡੇ ਮੁਤਾਬਕ ਅਡਜਸਟ ਕੀਤਾ ਜਾ ਸਕਦਾ ਸੀਗਾ ਜਿਹੜੇ ਨੈਸ਼ਨਲ ਵਾਰਡੀ ਸੀਗੇ ਆ ਕੀਤਾ ਜਾ ਸਕਦਾ ਜੇ ਸਰਕਾਰਾਂ ਚਾਹਣ ਤਾਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੱਡਾ ਕੰਮ ਨਹੀਂ ਹੁੰਦਾ ਸਰਕਾਰਾਂ ਵਾਸਤੇ ਬੜੇ ਆਸਾਨੀ ਨਾਲ ਮਤਲਬ ਕਿ ਐਸਤੇ ਕਿਉਂਕਿ ਇਹ ਲਿਮਟਿਡ ਜੇ ਹੁੰਦੇ ਆ ਗਿਣਤੀ ਤੇ ਦੋ ਚਾਰ ਕੈਂਡੀਡੇਟ ਹੁੰਦੇ ਆ ਸਾਰੇ ਮਤਲਬ ਕਿ ਪੰਜਾਬ ਦੇ ਵਿੱਚ ਕਹਿ ਲਓ ਜਾਂ ਡਿਸਟ੍ਰਿਕਟ ਦੇ ਵਿੱਚ ਗੱਲ ਕਰੀਏ ਜੇ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਟੋਟਲ ਮਤਲਬ ਕਿ 24-25 ਦੇ ਕਰੀਬ ਨੈਸ਼ਨਲ ਵਾਰਡ ਹੀ ਆ ਸਾਰੇ ਜਿਨ੍ਹਾਂ ਦੇ ਵਿੱਚੋਂ 10-12 ਤਾਂ ਵਧੀਆ ਗਵਰਨਮੈਂਟ ਜੌਬ ਦੇ ਉੱਤੇ ਨੇ ਤਾਂ ਦੋ ਚਾਰ ਮਤਲਬ ਇਹ 2020 ਦੇ ਤੱਕ ਰਿਟਾਇਰਮੈਂਟ ਤੇ ਬੈਠੇ ਨੇ ਉਹ ਤਾ ਜਿਹੜੇ ਨਵੇਂ ਮੁੰਡੇ ਜੇ ਜਿਦੋਂ 5-7 ਨੂੰ ਛੱਡ ਕੇ ਜੇ 5-7 ਜੇ 10 ਤੱਕ ਵੀ ਜੇ ਸਰਕਾਰ ਚਾਹੇ ਜਾਂ 8 ਤੱਕ ਵੀ ਚਾਹੇ ਤਾਂ 8 ਬੰਦਿਆਂ ਨੂੰ ਇੱਕ ਸਟੇਟ ਸਰਕਾਰ ਨੂੰ ਨੌਕਰੀ ਦੇਣ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਜੇ ਚਾਹੇ ਸਰਾਂ ਸਾਹਿਬ ਫਿਰ ਜਿਹੜਾ ਰੋਜੀ ਰੋਟੀ ਦਾ ਕੀ ਪ੍ਰਬੰਧ ਹੈਗਾ ਤੁਸੀਂ ਕੀ ਕੰਮ ਕਰਦੇ ਹੋ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਰੋਜੀ ਰੋਟੀ ਹੀ 1997 ਤੋਂ ਲੈ ਕੇ ਜੀ ਤੇ ਆਹ 2017 ਤੱਕ ਪ੍ਰਾਈਵੇਟ ਇੰਸਟੀਚੂਟਾਂ ਦੇ ਵਿੱਚ ਵੱਖ-ਵੱਖ ਇੰਸਟੀਚੂਟਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਉੱਥੇ ਇੱਕੋ ਹੀ ਗੱਲ ਹੈ ਮਤਲਬ ਕਿ ਸ਼ੋਸ਼ਣ ਵੱਧ ਕੀਤਾ ਜਾਂਦਾ ਹੈ ਸੈਲਰੀ ਘਟ ਦਿੱਤੀ ਜਾਂਦੀ ਹੈ ਜਾਂ ਸੈਲਰੀ ਟਾਈਮ ਤੇ ਦਿੱਤੀ ਨਹੀਂ ਜਾਂਦੀ ਅਗਰ ਜਦੋਂ ਜੇ ਸੈਲਰੀ ਮੰਗਦੇ ਆ ਤਾਂ ਕੋਈ ਨਾ ਕੋਈ ਬਹਾਨੇ ਜਾਂ ਇਸ ਤਰ੍ਹਾਂ ਦਾ ਕੋਈ ਜਲੀਲ ਕਰਨ ਦੇ ਕਰਕੇ ਤੇ ਜਿਹੜੇ ਅੱਜ ਤੱਕ ਆ ਰਹੇ ਆ ਜਿਹੜੇ ਇੰਸਟੀਚੂਟ ਜਿਆਦਾਤਰ ਹੈ ਜਿਹੜੇ ਡਾਕਟਰ ਲੋਕ ਨੇ ਤੇ ਜਾਂ ਜਿਹੜੇ बिजनेਸਮੈਨ ਬੰਦੇ ਨੇ ਉਹ ਪੜ੍ਹਾਈ ਜਾ ਸਿੱਖਿਆ ਘਟ ਦੇਣ ਦੀ ਬਜਾਏ ਇਹ ਘਟ ਦੇ ਰਹੇ ਨੇ ਤੇ ਆਪਦੇ ਬਿਜ਼ਨਸ ਵੱਲ ਵਾਦਾ ਕਰ ਰਹੇ ਨੇ ਜਲੀਲ ਹੋਣ ਨਾਲੋਂ ਤਾਂ ਘਰੇ ਦਿਹਾੜੀ ਕਰ ਲੈ ਬੰਦਾ ਉਹ ਵੀ ਕਾਮਯਾਬ ਆ ਮਤਲਬ ਕਿਉਂਕਿ ਆਥਨੇ ਮਤਲਬ ਤਿੰਨ 350 ਰੁਪਇਆ ਨਕਦ ਤਾਂ ਮਿਲ ਜੂਗਾ ਉਹਨੂੰ ਉੱਥੇ ਮਤਲਬ ਕੋਈ ਆਸਮੀਦ ਨਹੀਂ ਹੁੰਦੀ ਮਿਲਣ ਦੀ ਤਾਂ ਐਸੇ ਕਰਕੇ ਮਤਲਬ ਉਹਨੇ 30 ਅਪ੍ਰੈਲ ਨੂੰ ਮੇਰੇ ਰਿਲੀਵ ਹੋ ਗਿਆ ਸੀਗਾ ਗੁਰੂ ਤੇਗ ਬਹਾਦਰ ਕਾਲਜ ਵੱਲੋਂ ਤੋਂ ਉਦੋਂ ਬਾਅਦ ਮੈਂ ਕੋਈ ਵੀ ਇੰਸਟੀਚਿਊਟ ਜੁਆਇਨ ਨਹੀਂ ਕੀਤਾ ਗਾ ਤਾਂ ਸਾਹਿਬ ਜਿਵੇਂ ਤੁਹਾਡੀ ਅਸੀਂ ਕਹਾਣੀ ਸੁਣੀ ਹੈ ਤੇ ਲੱਗਦਾ ਵੀ ਇੰਨੇ ਲੰਮੇ ਸਮੇਂ ਬਾਅਦ ਬੰਦੇ ਸ਼ੌਂਕ ਮਰ ਜਾਂਦੇ ਆ ਫਿਰ ਵੀ ਅਸੀਂ ਤੁਹਾਡੇ ਤੋਂ ਇਹ ਜਾਣਾਂਗੇ ਵੀ ਤੁਹਾਡਾ ਕੋਈ ਸ਼ੌਂਕ ਜ਼ਿੰਦਗੀ ਦਾ ਰਿਹਾ ਕੀ ਕੀ ਸ਼ੌਂਕ ਨੇ ਇਹ ਦੇਖੋ ਜੀ ਮੇਰੇ ਫਾਦਰ ਸਾਹਿਬ ਮਤਲਬ ਕਿ ਵਧੀਆ 100 200 ਤੇ 400 ਮੀਟਰ ਦੇ ਰਿਕਾਰਡ ਹੋਲਡਰ ਰਹੇ ਨੇ ਤੇ ਮੇਰਾ ਵੀ ਸ਼ੌਕ ਇਹ ਸੀ ਮਤਲਬ ਜਿਹੜੇ ਮੇਰੇ ਫਾਦਰ ਦਾ ਸੁਪਨਾ ਅਧੂਰਾ ਸੀਗਾ ਵੀ ਖੇਡਾਂ ਦੇ ਖੇਤਰ ਦੇ ਵਿੱਚ ਜਾ ਕੇ ਇੱਕ ਮਤਲਬ ਵਧੀਆ ਮਤਲਬ ਮਕਾਮ ਹਾਸਲ ਕਰਾਂ ਹੈਂਡਬਾਲ ਦੇ ਵਿੱਚ ਸਟੇਟ 골ਡ ਬਾਸਕਟਬਾਲ ਦੇ ਵਿੱਚ ਸਟੇਟ 골ਡ ਔਰ 8 ਵਾਰੀ ਮਤਲਬ ਕਿ ਐਂਟਰ ਕਾਲਜ ਤੇ ਦੋ ਐਂਟਰ ਯੂਨੀਵਰਸਿਟੀ ਦੇ ਜਿਹੜੇ ਸਪੋਰਟਸ ਕੈਂਪ ਮਤਲਬ ਕਿ ਲਾਉਣ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਨਾਲ ਨਾਲ ਮਤਲਬ ਕਿ ਮੈਨੂੰ ਐਨਐਸਐਸ ਦਾ ਬੜਾ ਸ਼ੌਕ ਸੀ ਬਚਪਨ ਤੋਂ ਮਤਲਬ ਮੈਨੂੰ ਗਾਉਣ ਦਾ ਸ਼ੌਕ ਸੀ ਲਿਖਣ ਦਾ ਵੀ ਸ਼ੌਕ ਸੀਗਾ ਉਹ ਵੀ ਨਾਲ-ਨਾਲ ਮਤਲਬ ਕਿ ਮੈਂ ਜਾਰੀ ਰੱਖੇ ਪਰ ਲੇਕਿਨ ਕੀ ਜਦੋਂ ਮਤਲਬ ਕਿ ਆਹ ਜੌਬ ਦੇ ਚੱਕਰ ਚ ਪਏ ਜਾਂ ਇੰਸਟੀਚੂਟਾਂ ਦੇ ਵਿੱਚ ਕੀਤਾ ਜਿਹੜੇ ਸ਼ੌਕ ਆ ਮਤਲਬ ਜੋ ਸੋਚ ਕੇ ਚੱਲੇ ਸੀ ਕਿ ਵਧੀਆ ਸਿੰਗਰ ਬਣਾਂਗੇ ਜਾਂ ਇੱਕ ਵਧੀਆ ਰਾਈਟਰ ਬਣਾਂਗੇ ਨਾ ਹੀ ਤਾਂ ਵਧੀਆ ਇੱਕ ਰਾਈਟਰ ਬਣਿਆ ਗਿਆ ਤੇ ਨਾ ਹੀ ਕਿਸੇ ਮਤਲਬ ਕਿ ਮਕਾਮ ਤੇ ਪਹੁੰਚੇ ਉਹ ਵੀ ਜ਼ਿੰਦਗੀ ਮਤਲਬ ਕਿ ਅਧੂਰੀ ਰਹਿ ਗਈ ਤੇ ਨਾ ਹੀ ਮਤਲਬ ਕਿ ਵਧੀਆ ਗਾਇਕ ਬਣਿਆ ਗਿਆ ਕੋਈ ਦੋ ਤੁਕਾਂ ਦਰਸ਼ਕਾਂ ਨੂੰ ਸੁਣਾਉਂਗੇ ਕਿਸੇ ਤੁਹਾਡੇ ਮਨਪਸੰਦ ਗੀਤ ਦੀਆਂ ਇਕਨਾਂ ਕਾਲਜ ਦੇ ਦੌਰਾਨ ਮੇਰਾ ਬੜਾ ਫੇਵਰੇਟ ਮਤਲਬ ਕਿ ਗੀਤ ਹੋਇਆ ਕਰਦਾ ਲੋੜੀ ਵਾਲੀ ਰਾਤ ਲੋਕੀ ਬੰਨਦੇ ਨੇ ਲੋੜੀਆਂ ਸਾਡੀ ਕਾਦੀ ਲੋੜੀ ਅੱਖਾਂ ਸਜਣਾ ਨੇ ਮੋੜੀਆਂ ਉਹਦਾ ਤੁਹਾਨੂੰ ਮਤਲਬ ਮੈਂ ਸੁਣਾ ਸ਼ੇਅਰ ਤੇ ਦੋ ਤੇਰੀ ਪਾਥੀਆਂ ਦਾ ਜਿੱਥੇ ਅੱਗ ਬਲਦੀ ਤੇ ਲੋਕੀ ਉਸ ਥਾ ਕੱਠੇ ਹੋ ਬੰਦੇ ਨੇ ਐਸਾ ਉਮਰਾ ਬਤਾਈਆਂ ਬੈ ਬੈ ਕੇ ਤੇ ਚਾ ਦਿਲ ਦੇ અધੂਰੇ ਰਹਿੰਦੇ ਨੇ ਲੱਖਾਂ ਲੰਘ ਗਈਆਂ ਨਾ ਸਾਡੀ ਆਈ ਲੋੜੀ ਪਤਾ ਲੱਗਦਾ ਜਦੋਂ ਚੱਕਰ ਪੈਂਦੇ ਨੇ ਅੱਖਾਂ ਮੋੜ ਗਏ ਸਾਡੇ ਆਪਣੇ ਹੀ ਤੇ ਤਾਈਆਂ ਮੱਖਣ ਸਰਾਂ ਨੂੰ ਲੋਕੀ ਕਹਿੰਦੇ ਨੇ ताईं मखण सराहुूं कंदेड़ी वारे बंडदे लोड़ियां साढी काधी लहड़ी अखा सजण न मोड़ियां लहड़ी वारे दण ਹੋ ਬਾਣਦੇ ਦੇ ਨੀ ਲੋੜੀਆਂ ਹੋ ਬਾਣਦੇ ਦੇ ਨੀ ਲੋੜੀਆਂ ਕਣ ਸਿੰਘ ਜੀ ਹੁਣ ਆਪਣੇ ਇੰਟਰਵਿਊ ਦੇ ਕੁਝ ਪਲ ਨੇ ਬਾਕੀ ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਇਹ ਵੀ ਦੌਰ ਚੱਲਦਾ ਵੀ ਨਸ਼ੇ ਦੇ ਵੀ ਨੌਜਵਾਨ ਭੜਕ ਵੀ ਚੁੱਕੇ ਆ ਉਹਨਾਂ ਨੌਜਵਾਨਾਂ ਨੂੰ ਕੀ ਸੁਨੇਹਾ ਹੈਗਾ ਪੰਜਾਬ ਦੇ ਨੂੰ ਹੈ ਜਿਹੜਾ ਪੰਜਾਬ ਦਾ ਯੂਥ ਹੈ ਇਸ ਟਾਈਮ ਤੇ ਐਨ ਉਸ ਕਿਨਾਰੇ ਤੇ ਖੜਾ ਹੈ ਨਾ ਜੇ ਉਧਰ ਜਾਂਦਾ ਤਾਂ ਉਧਰ ਵੀ ਮਰਦਾ ਹੈ ਜੇ ਪੋਠਾ ਮੁੜਦਾ ਤਾਂ ਉਧਰ ਵੀ ਮਰਦਾ ਹੈ ਵੀ ਜਿਹੜਾ ਨਸ਼ਿਆਂ ਦਾ ਜਿਹੜਾ ਸਿਸਟਮ ਚੱਲ ਰਿਹਾ ਹੈ ਇਸ ਟਾਈਮ ਤੇ ਬਹੁਤ ਮਤਲਬ ਕਿ ਮਾੜਾ ਦੌਰ ਵੇਚਦੀ ਮਤਲਬ ਕਿ ਯੂਥ ਹੈ ਜਿਹੜਾ ਵਿਚਰ ਰਿਹਾ ਹੈ ਇਸ ਟਾਈਮ ਤੇ ਮੈਂ ਕਿ ਇਹੀ ਕਹੂੰਗਾ ਯੂਥ ਨੂੰ ਵੀ ਇਹਨਾਂ ਕੰਮਾਂ ਨੂੰ ਮਤਲਬ ਕਿ ਛੱਡ ਕੇ ਵੀ ਸਮਾਜ ਸੇਵਾ ਦੇ ਕੰਮ ਵੱਲ ਤੇ ਵੱਧ ਤੋਂ ਵੱਧ ਧਿਆਨ ਦੇਣ ਤੇ ਕੋ ਆਪਣੇ ਲਈ ਤਾਂ ਹਰ ਇੱਕ ਬੰਦਾ ਕਰਦਾ ਹੈ ਦੂਸਰੇ ਲਈ ਕੰਮ ਕਰਨੇ ਮਤਲਬ ਕਿ ਬਹੁਤ ਔਖੇ ਹੁੰਦੇ ਆ ਤਾ ਯੂਥ ਨੂੰ ਮਤਲਬ ਇਹ ਸਨੇਹਾ ਇਹ ਹੀ ਦਊਗਾ ਵੀ ਆ ਜਿਹੜੇ ਗਲਤ ਰਾਹ ਤੇ ਮਤਲਬ ਇਹ ਚੱਲ ਰਹੇ ਆ ਇਹ ਰਾਹ ਨੂੰ ਛੱਡ ਕੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਹੋਰ ਮਤਲਬ ਕਿ ਇਸ ਤਰ੍ਹਾਂ ਦੇ ਬਹੁਤ ਖੇਤਰ ਨੇ ਜਿਨ੍ਹਾਂ ਦੇ ਵਿੱਚ ਵਧੀਆ ਰਹਿ ਕੇ ਚੰਗਾ ਨਾਮ ਵੀ ਕਮਾਇਆ ਜਾ ਸਕਦਾ ਹੈ ਤੇ ਚੰਗਾ ਮਤਲਬ ਕਿ ਸਨਮਾਨ ਦੋਨੋਂ ਮਤਲਬਾਨ ਸਨਮਾਨ ਦੋਨੋਂ ਹਾਸਲ ਹੋ ਸਕਦੇ ਆ ਤੇ ਨਾਲ ਦੂਸਰੀ ਗੱਲ ਮੈਂ ਸਰਕਾਰਾਂ ਨੂੰ ਇਹ ਕਹੂੰਗਾ ਵੀ ਜਿਹੜਾ ਯੂਥ ਹੈ ਬੀ ਦੇਖਦੇ ਆਂ ਆਮ ਰੋਜ਼ ਮਤਲਬ ਕਿ ਮੈਂ ਪਿੰਡਾਂ ਦੇ ਵਿੱਚ ਹੀ ਵਿਚਰਦਾ ਹਾਂ ਵੱਖ-ਵੱਖ ਕਲੱਬਾਂ 'ਚ ਜਾਣ ਦਾ ਮੌਕਾ ਮਿਲਦਾ ਵੱਖ-ਵੱਖ ਕਾਲਜਾਂ ਦੇ ਵਿੱਚ ਲੈਕਚਰ ਸੈਸ਼ਨ ਦੇ ਦੌਰਾਨ ਉੱਥੇ ਬੜੇ ਵਧੀਆ ਬਦਲੇ ਕਿ ਯੂਥ ਮਿਲਦੇ ਨੇ ਜਿਹੜੇ ਕਿ ਪਹਿਲੇ ਕੋਈ 7 ਸਾਲ ਤੋਂ ਮਤਲਬ ਕਿ ਯੂਥ ਦੇ ਵਿੱਚ ਕੰਮ ਕਰ ਰਿਹਾ ਕੋਈ 10 ਸਾਲ ਤੋਂ ਕੰਮ ਕਰ ਰਿਹਾ ਕੋਈ 12 ਸਾਲ ਤੋਂ ਕਰ ਰਿਹਾ ਕੋਈ 8 ਸਾਲ ਤੋਂ ਕਰ ਜਾਂਦਾ ਕੋਈ ਸਟੇਟ ਔਰਡ ਦੇ ਨੇੜੇ ਬੈਠਾ ਕੋਈ ਨੈਸ਼ਨਲ ਔਰਡ ਦੇ ਬਿਲਕੁਲ ਨੇੜੇ ਲੱਗੇ ਬੈਠੇ ਆ ਉਹਨਾਂ ਨੂੰ ਗਾਈਡਲਾਈਨ ਮਤਲਬ ਕਿ ਕੁਝ ਤਾਂ ਗਾਈਡਲਾਈਨ ਦੀਆਂ ਵੀ ਘਾਟ ਨੇ ਉਹਨਾਂ ਕੋਲ ਤੇ ਸਰਕਾਰ ਨੂੰ ਚਾਹੀਦਾ ਵੀ ਅਸੀਂ ਤਾਂ ਚਲੋ ਵੀ ਓਵਰੇਜ ਹੋ ਗਏ ਆ ਮੈਂ 2012 ਦੇ ਵਿੱਚ ਜੀ ਓਵਰੇਜ ਹੋ ਗਿਆ ਸੀਗਾ ਉਸ ਤੋਂ ਬਾਅਦ ਨਾ ਤਾਂ ਸਰਕਾਰ ਨੇ ਬਾਹ ਫੜੀ ਤੇ ਨਾ ਹੀ ਕਿਸੇ ਹੋਰ ਅਧਾਰੇ ਨੇ ਤਾਂ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜਾ ਆਉਣ ਵਾਲਾ ਯੂਥ ਹੈ ਜਿਹੜਾ ਆਉਣ ਵਾਲਾ ਪੁਵੇਖਾ ਜਿਹੜੇ ਆਉਣ ਵਾਲੇ ਅਵਾਰਡ ਹੀ ਨੇ ਚਾਹੇ ਉਹ ਸਟੇਟ ਵਾਰਡ ਹੀ ਨੇ ਚਾਹੇ ਉਹ ਨੈਸ਼ਨਲ ਵਾਰਡ ਹੀ ਹੈ ਉਹਨਾਂ ਵਾਸਤੇ ਕੋਈ ਨਾ ਕੋਈ ਨੀਤੀਆਂ ਨਵੀਆਂ ਲਾਗੂ ਕਰਨ ਤਾਕੇ ਇਨ ਤੋਂ ਸੇਧ ਲੈ ਕੇ ਉਹ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ ਸੰਨ ਮੱਖਣ ਸਿੰਘ ਸਰਾ ਪਿੰਡ ਭਲਾਡੇ ਵਾਲਾ ਜੋ ਨੈਸ਼ਨਲ ਵਾਰਡੀ ਨੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਹਲਕੇ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵੀ ਪ੍ਰੈਸ ਕਰੋ